ਜੋ ਸ਼ਹੀਦ ਜਗਾ ਗਏ ਜਗਦੀ ਰਹੂਗੀ ਜੋਤ ਹਮੇਸ਼ਾ ਜੋ ਸ਼ਹੀਦ ਜਗਾ ਗਏ ਗੁਰਮੁਖ ਸਿੰਘ ਦਸ ਜਨ ਢਾਡੀ ਵਾਰ ਚੁਲਾ ਤੇ ਸਿੱਖ ਰਾਜ ਦੇ ਸਿੰਘ ਲਾ ਕੇ ਜਿੰਦ ਗਾਨੀਆਂ। ਸਾਹਿਬ ਗੁਰਦੇਵ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਗੋਦ ਵਿੱਚ ਸਜੇ ਹੋਏ ਸਲਾਨਾ ਜੋੜ ਮੇਲੇ ਦੀ ਹਾਜ਼ਰੀ ਭਰ ਰਹੇ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ ਨਗਰ ਗੁਰੂ ਕੀ ਵਡਾਲੀ ਸਾਹਿਬ ਅਤੇ ਬਾਹਰੋਂ ਇਲਾਕੇ ਤੋਂ ਆਈਆਂ ਹੋਈਆਂ ਗੁਰੂ ਕੀਆਂ ਸਿੱਖ ਸੰਗਤਾਂ ਵਡੇਰਿਆਂ ਦੀ ਯਾਦ ਨੂੰ ਹਰ ਸਾਲ ਇਸ ਖੂਹ ਉੱਤੇ ਜੋ ਪੰਚਮ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਮੀਰੀ ਪੀਰ ਦੇ ਮਾਲਕ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸੰਸਾਰ ਵਿੱਚ ਅਵਤਾਰ ਧਾਰਨ ਤੇ ਇਸ ਨਗਰ ਨੂੰ ਮਾਲਾ ਮਾਲ ਕਰਦਿਆਂ ਤੇ ਇਸ ਇਲਾਕੇ ਨੂੰ ਮਾਲਾ ਮਾਲ ਕਰਦਿਆਂ ਇੱਥੇ ਖੂਹਾਂ ਦੀ ਦਾਤ ਬਖਸ਼ਿਸ਼ ਕੀਤੀ ਕਿਉਂਕਿ ਉਦੋਂ ਜ਼ਮੀਨਦਾਰਾਂ ਜਿੰਨਾ ਵੀ ਸੀ ਦਵਾਈ ਵਾਂਗ ਦਾ ਉਹ ਖੂਹਾਂ ਉੱਤੇ ਨਿਰਭਰ ਕਰਦਾ ਲੋਕਾਂ ਦੇ ਪੀਣ ਵਾਸਤੇ ਪਾਣੀ ਖੇਤਾਂ ਨੂੰ ਲਾਉਣ ਵਾਸਤੇ ਪਾਣੀ ਇਹ ਸਭ ਤੋਂ ਵੱਡਾ ਉਸ ਵੇਲੇ ਦਾ ਵਾਈ ਯੋਗ ਇਹ ਕਿੱਤਾ ਸੀ ਜਿਹੜਾ ਖੂਹ ਉੱਤੇ ਨਿਰਭਰ ਕਰਦਾ ਸੀ ਇਹਨਾਂ ਖੂਹਾਂ ਦੇ ਸਭ ਉਸਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਜਗ੍ਹਾ ਉੱਤੇ ਬਖਸ਼ਿਸ਼ਾਂ ਕਰਕੇ ਤੁਹਾਡੇ ਅਤੇ ਤੁਹਾਡੇ ਵਡੇਰਿਆਂ ਦੀ ਬੇਨਤੀ ਨੂੰ ਪ੍ਰਵਾਨ ਕੀਤਾ ਸੀ ਅਤੇ ਉਸੇ ਯਾਦ ਨੂੰ ਹਰ ਸਾਲ ਆਪਣੇ ਹਿਰਦੇ ਅੰਦਰ ਤਾਜ਼ਾ ਕਰਦਿਆਂ ਇਸ ਪਾਵਨ ਅਸਥਾਨ ਉੱਤੇ ਸਲਾਨਾ ਜੋੜ ਮੇਲਾ ਮਨਾਉਂਦੇ ਹਾਂ ਮੇਲਾ ਮਿਲ ਕੇ ਬੈਠਣਾ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਧਾ ਦੂਰ ਕਰੋ ਲਿਵ ਲਾਏ ਹਰਨਾਮੇ ਕੀ ਹੋ ਜੋੜੀ ਗੁਰਮੁਖ ਮੈਸਰ ਸਭਾ ਵਿਛਾਏ ਦੇ ਮਾਵਾਤ ਅਨੁਸਾਰ ਸਾਹਿਬ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੋਦ ਵਿੱਚ ਸਭਾ ਵਿਛਾ ਕੇ ਬੈਠੇ ਗੁਰਸਿੱਖ ਵੀਰ ਭੈਣੋ ਅਤੇ ਭਰਾਓ ਮਨ ਬਿਰਤੀ ਨੇ ਇਕਾਗਰ ਕੀਤਾ ਹੈ ਆਓ ਇਸੇ ਖੁਸ਼ੀ ਵਿੱਚ ਹੀ ਚੜ੍ਹਦੀ ਕਲਾ ਵਾਲਾ ਫਤਿਹ ਦਾ ਨਾਰਾ ਬੁਲੰਦ ਕਰੀਏ ਮੇਰੇ ਤੋਂ ਪਹਿਲਾਂ ਮੇਰੇ ਵੀਰਾਂ ਨੇ ਮੇਰੇ ਬੱਚਿਆਂ ਨੇ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਹੈ ਸਾਰੀ ਸੰਗਤ ਸਾਵਧਾਨ ਹੋ ਕੇ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਬੂਟਾ ਸਿੰਘ ਜੀ ਇੱਥੋਂ ਦੇ ਜੋ ਪ੍ਰਮੁੱਖ ਸੇਵਾਦਾਰ ਨੇ ਉਹਨਾਂ ਵੱਲੋਂ 50 ਰੁਪਏ ਤੁਹਾਡੀ ਇੱਥੇ ਨੂੰ ਕੀਰਤਨ ਦੇ ਸਨਮਾਨ ਵਿੱਚ ਆਏ ਅਤੇ ਨਾਲ ਹੀ ਉਹ ਗੁਰੂ ਕੇ ਲੰਗਰਾਂ ਦੀ ਸੇਵਾ ਕਰਦੇ ਹੈ ਸਤਿਗੁਰ ਸੱਚ ਪਾਤਸ਼ਾਹ ਕਿਰਪਾ ਕਰਨ ਸੇਵਾ ਵਿੱਚ ਉਹਨਾਂ ਨੂੰ ਉਤਸ਼ਾਹ ਪੂਰਵਕ ਜ਼ਿੰਦਗੀ ਦੀ ਦਾਤ ਦੁੱਖਾਂ ਕਲੇਸ਼ਾਂ ਦਾ ਨਾਸ ਸਤਿਗੁਰੂ ਮਹਾਰਾਜ ਸੁੱਖਾਂ ਦੀ ਪ੍ਰਵਿਰਤੀ ਦੀ ਦਾਤ ਬਖਸ਼ਿਸ਼ ਕਰਨ ਇਹਦੇ ਨਾਲ ਹੀ ਮੇਰੇ ਤੋਂ ਪਹਿਲਾਂ ਮੇਰੇ ਬੱਚਿਆਂ ਦਾ ਇਸੇ ਢਾਡੀ ਜਥੇ ਦਾ ਦੂਜਾ ਰੂਪ
ਜਿਹੜੇ ਗੁਰੂ ਕੀ ਵਡਾਲੀ ਸਾਹਿਬ ਵਿਖੇ ਰਹਿੰਦੇ ਹੈ, ਭਾਈ ਬਲਦੇਵ ਸਿੰਘ ਜੀ ਅਤੇ ਉਹਨਾਂ ਦੇ ਬੱਚੇ, ਉਹਨਾਂ ਵੱਲੋਂ ਵੀ 50 ਰੁਪਏ ਆਏ। ਸਰਦਾਰ ਬੂਟਾ ਸਿੰਘ ਜੀ 50 ਰੁਪਏ ਭੇਜਦੇ ਹੈ। ਮੇਰੇ ਵੀਰ ਸੁਰਿੰਦਰ ਸਿੰਘ ਜੀ ਭੰਗੂ, ਉਹਨਾਂ ਵੱਲੋਂ, ਉਹਨਾਂ ਦੇ ਢਾਡੀ ਜਥੇ ਵੱਲੋਂ ਬਹੁਤ ਸਾਰਾ ਸਨਮਾਨ ਆਇਆ, 100 ਰੁਪਈਆ ਆਇਆ ਢਾਡੀ ਜਥੇ ਨੂੰ ਕੀਰਤਨ ਦੇ ਸਨਮਾਨ ਵਿੱਚ। ਸਾਹਿਬ ਗੁਰੂ ਚੜ੍ਹਦੀ ਕਲਾ ਕਰਨ ਹਰ ਮਨਾਲ ਫਤਿਹ, ਹੋਰ ਵੀ ਵੀਰਾਂ ਵੱਲੋਂ ਬੇਅੰਤ ਸਨਮਾਨ ਆਇਆ। ਸਾਹਿਬ ਗੁਰੂ ਚੜ੍ਹਦੀ ਕਲਾ ਕਰਨ ਹਰ ਮਨਾਲ ਫਤਿਹ, ਬਹੁਤ ਬਹੁਤ ਧੰਨਵਾਦ ਕਰਦੇ। ਆਹ ਜਿਹੜੇ ਬੱਚੇ ਨੇ ਦੋ ਤਨਾ ਹੈਗੇ ਤੇ ਅੰਮ੍ਰਿਤਧਾਰੀ ਨੇ, ਪਰ ਇਹਨਾਂ ਦੀ ਜਿਹੜੀ ਸੁਭਾਅ ਤੇ ਬੈਠਣਾ ਹੈ ਅੰਮ੍ਰਿਤਧਾਰੀਆਂ ਵਾਲਾ ਨੀ ਹੈ। ਜਿਸ ਤਰ੍ਹਾਂ ਦੀਆਂ ਸ਼ਕਾਨੀਆਂ ਕਰਨੀਆਂ ਤੇ ਬਾਹਰ ਜਾ ਕੇ ਖੇਡਾਂ ਕਰੋ, ਤੇ ਜੇ ਗੁਰੂ ਕੀ ਸੰਗਤ ਵਿੱਚ ਬਹਿਣਾ ਤੇ ਚੁੱਪ ਕਰਕੇ ਬੈਠੋ। ਖਾਸ ਕਰਕੇ ਤੁਹਾਡੇ ਉੱਤੇ ਹੈ ਕਿ ਤੁਸੀਂ ਦੋਵੇਂ ਅੰਮ੍ਰਿਤਧਾਰੀ ਜੇ ਉਹਦੀ ਗੱਲ ਛੱਡੋ, ਉਹ ਤੁਹਾਡਾ ਯਾਰ ਬੇਲੀ ਹੈ, ਦੋਸਤ ਮਿੱਤਰ, ਸੰਗਤ ਵਿੱਚ ਬਹਿਣਾ ਹੈ, ਬਹਿਣ ਦੀ ਜਾਚ ਸਿੱਖੋ, ਗੁਰਮਤਿ ਧਾਰਨ ਕੀਤੀ ਹੈ ਤੇ ਗੁਰਮਤਿ ਦੇ ਪਾਬੰਦ ਵੀ ਰਹੋ। ਇੱਕ ਵਾਰ ਸਾਰੀ ਸੰਗਤ ਗੱਜ ਕੇ ਆਖੋ ਸਤਿਨਾਮ। ਮੇਰੇ ਬੱਚਿਆਂ ਵੱਲੋਂ, ਹੋਰ ਆ ਭੰਗੂ ਸਾਹਿਬ ਦੇ ਨਿੱਕੇ ਨਿੱਕੇ ਪਰਿਵਾਰ ਬੱਚਿਆਂ ਵੱਲੋਂ, ਪੋਤਰਿਆਂ ਵੱਲੋਂ, ਪੋਤਰੀਆਂ ਵੱਲੋਂ ਬੇਅੰਤ ਸਨਮਾਨ ਆਇਆ। ਸਾਹਿਬ ਨੂੰ ਚੜ੍ਹਦੀ ਕਲਾ ਕਰਨ ਹਰ ਮਨਾਲ ਫਤਿਹ, ਬਹੁਤ ਬਹੁਤ ਧੰਨਵਾਦ ਕਰਦੇ। ਮੈਂ ਗੱਲ ਕਰ ਰਿਹਾ ਸਾਂ, ਮੇਰੇ ਤੋਂ ਪਹਿਲਾਂ ਭੰਗੂ ਸਾਹਿਬ ਤੋਂ ਭਾਈ ਸਰਬਜੀਤ ਸਿੰਘ, ਗੁਰੂ ਕੀ ਵਡਾਲੀ ਵਾਲੇ ਢਾਡੀ ਜਥਾ, ਉਹਨਾਂ ਨੇ ਤੁਹਾਨੂੰ ਪਰਸੋਂ ਜਿਹਨਾਂ ਦੀ ਸ਼ਹਾਦਤ ਨੂੰ ਅਸਾਂ ਮਨਾਇਆ, ਇਹ ਭੁੱਲਣ ਵਾਲੀ ਨਹੀਂ ਤੇ ਭੁੱਲੀ ਜਾ ਸਕਦੀ ਵੀ ਨਹੀਂ, ਕਿਉਂਕਿ ਇਹ ਅਭੁੱਲ ਯਾਦ ਹੈ। ਅਭੁੱਲ ਐਡਾ ਆ ਗਿਆ, ਅਭੁੱਲ ਯਾਦ ਹੈ ਜਿਹੜੀ ਸਾਡੇ ਦਿਲੋਂ ਦਿਮਾਗ ਉੱਤੇ ਉੱਕਰੀ ਗਈ ਹੈ। ਭੁੱਲਦੇ ਕਿਉਂ ਨਹੀਂ? ਕਿਸੇ ਵੇਲੇ ਵੀ, ਕਿਸੇ ਵਕਤ ਵੀ, ਸਵੇਰੇ, ਸ਼ਾਮ, ਦੁਪਹਿਰੇ, ਕਿਸੇ ਵੀ ਸਮਾਗਮ ਵਿੱਚ, ਗੁਰਮਤਿ ਦਾ ਹੋਵੇ ਜਾਂ ਸ਼ੋਕ ਲਈ ਸਮਾਗਮ ਹੋਵੇ, ਜਾਂ ਬੱਚੇ ਬੱਚੀ ਦਾ ਵਿਆਹ ਹੋਵੇ, ਜਾਂ ਬਜ਼ੁਰਗ ਦਾ ਅੰਤਿਮ ਅਰਦਾਸ ਵਿੱਚ ਉਠਾਲਾ ਹੋਵੇ, ਕਿਸੇ ਵਕਤ ਵੀ ਜਦੋਂ ਅਰਦਾਸ ਕਰਾਂਗੇ ਉਦੋਂ ਸ਼ਹੀਦ ਦਾ ਨਾਂ ਜ਼ਰੂਰ ਲਿਆ ਜਾਂਦਾ। ਇਹ ਅਭੁੱਲ ਹੈ, ਕਿਉਂਕਿ ਜਦ ਤੱਕ ਅਸੀਂ ਇਸ ਨਾਂ ਦਾ ਜ਼ਿਕਰ ਨਹੀਂ ਕਰਾਂਗੇ, ਅਰਦਾਸ ਆਪਣੇ ਸੁਭਾਅ ਵਿੱਚ ਅਸੀਂ ਇਹੋ ਮਹਿਸੂਸ ਕਰਾਂਗੇ ਅਰਦਾਸ ਪੂਰੀ ਨਹੀਂ ਹੋਈ, ਅਰਦਾਸ ਅਧੂਰੀ ਹੈ। ਗੱਲ ਕਰ ਰਿਹਾ ਸਾਂ, ਮੇਰੇ ਤੋਂ ਪਹਿਲਾਂ ਤੁਸੀਂ ਸਰਵਣ ਕੀਤਾ ਹੈ ਭਾਈ ਸਾਹਿਬ, ਭਾਈ ਤਾਰੂ ਸਿੰਘ ਜੀ ਨੇ ਸਣੇ ਕੇਸਾ ਸਿਰ ਤੋਂ ਖੋਪਰ ਲਵਾਇਆ, ਤੇ ਗੱਲ ਕਰ ਰਹੇ ਸਨ ਮੇਰੇ ਬੱਚੇ ਕਿ ਤਾਰੂ ਸਿੰਘ ਨੇ ਖਾਨ ਬਹਾਦਰ ਜ਼ਕਰੀਆ ਖਾਨ ਨਾਲ ਉੱਤਰ ਪ੍ਰੈਸ਼ਨ ਕੀਤੇ ਸੀ। ਜ਼ਕਰੀਆ ਖਾਨ ਨੇ ਆਖਿਆ ਸੀ, ਮੈਂ ਤੇਰੇ ਸਿਰ ਤੇ ਸਿੱਖੀ ਨਹੀਂ ਰਹਿਣ ਦੇਣੀ। ਤਾਰੂ ਸਿੰਘ ਨੇ ਆਖਿਆ ਸੀ, ਇਹ ਕੇਸਾ ਸਵਾਸਾਂ ਨਾਲ ਡਿੱਬੇਗੀ। ਜ਼ਕਰੀਆ ਖਾਨ ਨੇ ਆਖਿਆ, ਮੈਂ ਸਿਰ ਤੇ ਨਹੀਂ ਰਹਿਣ ਦੇਣੀ। ਪਹਿਲਾਂ ਨਾਈ ਨੂੰ ਸੱਦਿਆ, ਕੇਸ ਕੱਟਣ ਲੱਗੇ, ਨਾਈ ਦੀ ਕੈਂਚੀ ਨੇ ਨਹੀਂ ਕੱਟੇ, ਫਿਰ ਮੋਚੀ ਨੂੰ ਸੱਦ ਲਿਆ, ਉਹ ਆਪਣੇ ਔਜ਼ਾਰ ਲੈ ਕੇ ਹਥੌੜੀ ਰੰਬੀ ਲੈ ਕੇ ਆ ਗਿਆ, ਉਹਨੇ ਰੰਬੀ ਨਾਲ ਹਥੌੜੀ ਮਾਰ ਕੇ, ਸੱਟਾਂ ਮਾਰ ਕੇ ਭਾਈ ਤਾਰੂ ਸਿੰਘ ਦੇ ਸਿਰ ਤੋਂ ਸਣੇ ਕੇਸਾਂ ਖੋਪੜੀ ਲਾ ਦਿੱਤੀ। ਇਹ ਵਿਸ਼ਵ ਦੇ ਇਤਿਹਾਸ ਵਿੱਚ ਪਹਿਲਾ ਵਾਕਿਆ, ਵਰਲਡ ਦੇ ਅੱਜ ਤੱਕ ਕਿਸੇ ਬੰਦੇ ਦਾ ਇਸ ਤਰ੍ਹਾਂ ਸਿਰ ਤੋਂ ਖੋਪਰ ਨਹੀਂ ਲਵਾਇਆ, ਤੇ ਨਾ ਕਿਸੇ ਜ਼ਾਲਮ ਸਰਕਾਰ ਨੇ ਆਪਣੇ ਵਿਰੋਧੀ ਧਿਰ ਨੂੰ ਇਸ ਤਰੀਕੇ ਨਾਲ ਮਾਰਿਆ। ਸਜਾਏ ਮੌਤ ਬੜੇ ਤਰੀਕੇ ਦੀ ਹੈ। ਇਸਲਾਮ ਵਿੱਚ 11 ਧਾਰਾਵਾਂ ਦੀ ਹੈ, ਉਹਦੇ ਵਿੱਚ ਇਹ ਯਾਸਾ ਦੇ ਕਾਨੂੰਨ ਦੀ ਧਾਰਾ ਹੈ, ਸਣੇ ਕੇਸਾਂ ਖੋਪੜੀ ਲਾ ਦਿੱਤਾ।
ਜਕਰੀਆ ਖਾਨ ਨੂੰ ਪਿਸ਼ਾਬ ਦਾ ਬੰਨ ਪੈ ਗਿਆ ਕਿਉਂਕਿ ਉੱਤਰ ਪ੍ਰਦੇਸ਼ ਸਨ ਸਾਧ ਬਚਨ ਅਟਰਾ ਦਾ ਭਾਈ ਤਾਰੂ ਸਿੰਘ ਦੇ। ਜਕਰੀਆ ਖਾਨ ਨੇ ਆਖਿਆ ਮੈਂ ਤੇਰੇ ਸਿਰ 'ਚ ਜੁੱਤੀਆਂ ਮਾਰ ਕੇ ਤੇਰੇ ਸਿਰ ਤੋਂ ਕੇਸ ਲਾਹ ਦੇਣੇ, ਤੇ ਭਾਈ ਤਾਰੂ ਸਿੰਘ ਨੇ ਆਖਿਆ ਕੀ ਪਤਾ ਤੈਨੂੰ ਖਾਲਸੇ ਦੀਆਂ ਜੁੱਤੀਆਂ ਖਾ ਕੇ ਅਗਲੀ ਦੁਨੀਆਂ ਨੂੰ ਜਾਣਾ ਪਵੇਗਾ। ਜਦੋਂ ਜਕਰੀਆ ਖਾਨ ਦੇ ਸਿਰ 'ਚ ਜੁੱਤੀ ਵੱਜਦੀ ਸੀ, ਨਾਨਕ ਫਿੱਕਾ ਬੋਲੀਏ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕੀ ਸੱਦੀਏ ਫਿੱਕਾ ਫਿੱਕੀ ਸੋਏ, ਫਿੱਕਾ ਦਰਗਾ ਸੱਦੀਏ ਮੂੰਹ ਠੁੱਕਾ ਫਿੱਕੇ ਪਾਏ, ਫਿੱਕਾ ਮੂਰਖ ਆਖੀਆ ਪਾਣਾ ਲੈ ਸਜਾਏ। ਜਿਹੜਾ ਮੂਰਖ ਬੰਦਾ ਹੈ ਜਦੋਂ ਫਿੱਕੇ ਸ਼ਬਦ ਬੋਲਦਾ ਹੈ ਉਹਨੂੰ ਸਜਾ ਪਾਣਾ ਦੀ ਹੈ। ਇੱਥੇ ਗਲੀਆਂ 'ਚ ਵੇਖਿਆ ਕਈ ਵਾਰ ਫਿੱਕੇ ਸ਼ਬਦ ਬੋਲਣ ਵਾਲਿਆਂ ਨੂੰ ਜੁੱਤੀਆਂ ਪੈਂਦੀਆਂ ਨੇ। ਜੋ ਕੋਈ ਕਿਸੇ ਨੂੰ ਜੇ ਫਿੱਕੇ ਸ਼ਬਦ ਬੋਲਦਾ ਗਾਲਾਂ ਕੱਢਦਾ, ਜੇ ਜੇ ਮੰਦੇ ਸ਼ਬਦ ਬੋਲਦਾ, ਤੇ ਜਕਰੀਆ ਖਾਨ ਨੂੰ ਵੀ 22 ਦਿਨ ਜੁੱਤੀਆਂ ਵੱਜਦੀਆਂ ਰਹੀਆਂ। ਪਾਣ ਲੈ ਸਜਾਏ, ਪਾਣ ਇਹ ਸਨਮਾਨਯੋਗ ਸ਼ਬਦ ਹੈ। ਪਾਣ ਜੋੜੇ ਨੂੰ ਕਿਹਾ ਜਾਂਦਾ ਹੈ, ਜੁੱਤੀ ਨੂੰ ਕਿਹਾ ਜਾਂਦਾ। ਸੀਨੀਅਰ ਅਕਾਲੀ ਆਗੂ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਗੁਰੂ ਕੀ ਵਡਾਲੀ ਸਾਹਿਬ ਵਾਲੇ 100 ਰੁਪਏ ਢਾਡੀ ਇੱਥੇ ਨੂੰ ਕੀਰਤਨ ਸਨਮਾਨਿਤ ਭੇਜਦੇ ਹੈ, ਇੱਥੇ ਅੱਗੇ ਆ ਜਾਓ। ਖੈਰ ਧੰਨਵਾਦ ਸਾਨੂੰ ਚੜ੍ਹਦੀ ਕਲਾ ਕਰਨ ਹਰਮਦਾਨ ਫਤਿਹ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। 22 ਰੋਜ ਇਹ ਭਾਈ ਤਾਰੂ ਸਿੰਘ ਦੇ ਪੈਰ ਦੀ ਜੁੱਤੀ ਜਕਰੀਆ ਖਾਨ ਦੇ ਸਿਰ 'ਚ ਵੱਜਦੀ ਨਹੀਂ। ਉਹ ਪੰਜਾਬ ਦਾ ਸੂਬੇਦਾਰ ਹੈ ਤੇ ਇੱਕ ਗੁਰੂ ਘਰ ਦਾ ਸੇਵਾਦਾਰ ਹੈ। ਵਾਹੀਵਾਨ ਜ਼ਮੀਂਦਾਰ ਸੀ, ਨੇਕ ਇਨਸਾਨ ਸੀ। ਭਾਈ ਤਾਰੂ ਸਿੰਘ ਦੀ ਜੁੱਤੀ ਦੀ ਮਾਰ ਖਾ ਕੇ ਜਕਰੀਆ ਖਾਨ ਨਰਕਾਂ ਨੂੰ ਗਿਆ। ਭਾਈ ਤਾਰੂ ਸਿੰਘ ਜੀ ਉਸੇ ਦਿਨ ਹੀ ਸ਼ਹੀਦ ਹੋਏ। ਦੋਰੂਆਂ ਜਾ ਰਹੀਆਂ ਸੀ ਆਕਾਸ਼ ਨੇ, ਇੱਕ ਤੇ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮਥਨ ਮਧਾਣੀਆਂ ਤਿਉਂ ਮਥੇ ਧਰਮ ਰਾਏ। ਧਰਮ ਰਾਏ ਦੇ ਜਮਦੂਤ ਉਹਨੂੰ ਜੁੱਤੀਆਂ ਮਾਰ ਕੇ ਉਹਦੇ ਸਿਰ 'ਚ ਸੰਗਲ ਤੇ ਉਹਨੂੰ ਮਾਰ ਮਾਰ ਦੇ ਨਰਕਾਂ ਨੂੰ ਲੈ ਜਾ ਸਕ। ਬ੍ਰਹਮ ਗਿਆਨੀ ਭਾਈ ਤਾਰੂ ਸਿੰਘ ਜੀ ਬੇਬਾਨੇ 'ਚ ਸੱਜ ਕੇ ਦਿਓ ਤੇ ਬੇਬਾਨ ਆਪਣੇ ਮੋਢਿਆਂ 'ਤੇ ਲੈ ਕੇ ਸੱਚਖੰਡ ਨੂੰ ਜਾ ਰਹੇ ਸਨ। ਦੋ ਰੂਹਾਂ ਗਈਆਂ ਇੱਕੇ ਦਿਨ, ਉਹ ਦਿਨ ਪਰਸੋਂ ਸੀ। ਦੋ ਸੌਣ ਅੰਗਰੇਜ਼ੀ ਮਹੀਨਾ ਉਸ ਦਿਨ 2 ਜੁਲਾਈ ਸੀ, ਪਰ ਉਦੋਂ ਜੇ ਅੰਗਰੇਜ਼ੀ ਮਹੀਨਾ ਹਿੰਦੁਸਤਾਨ ਵਿੱਚ ਨਹੀਂ ਸੀ ਆਇਆ। 2 ਸੌਣ 1745 ਈਸਵੀ ਨੂੰ ਭਾਈ ਤਾਰੂ ਸਿੰਘ ਸ਼ਹੀਦ ਹੋਏ। ਭਾਈ ਤਾਰੂ ਸਿੰਘ ਦੀ ਸ਼ਹਾਦਤ ਤੋਂ ਬਾਅਦ ਪੰਥ ਵਿੱਚ ਕੈਸਾ ਪ੍ਰਤੀਕਰਮ ਆਇਆ, ਇਹ ਗੱਲ ਯਾਦ ਰੱਖੋ। ਪੰਥ ਦੇ ਦਿਲ ਅੰਦਰ ਕੈਸਾ ਗੁੱਸੇ ਦਾ ਉਬਾਲ ਆਇਆ, ਜੋਸ਼ ਨੇ ਠਾਠਾ ਮਾਰੀਆਂ, ਗੁੱਸਾ ਬੜਾ ਸੀ। ਜਕਰੀਆ ਖਾਨ ਦੇ ਮਰਨ ਤੋਂ ਬਾਅਦ ਉਹਦਾ ਪੁੱਤਰ ਯਾਹੀਆ ਖਾਨ ਪੰਜਾਬ ਦਾ ਸੂਬੇਦਾਰ ਬਣਾਇਆ ਗਿਆ। ਯਾਹੀਆ ਖਾਨ ਰੋਜ਼ਾਨਾ ਨਮਾਜ਼ ਪੜ੍ਹਦਾ ਸੀ, ਇਹ ਦਰਵੇਸ਼ ਬੰਦਾ ਸੀ, ਤੇ ਸ਼ੁੱਕਰਵਾਰ ਵਾਲੇ ਦਿਨ ਲਾਹੌਰ ਦੇ ਕਿਲੇ 'ਚੋਂ ਬਾਹਰ ਨਿਕਲ ਕੇ ਜਾਮਾ ਮਸਜਿਦ ਹੈ ਲਾਹੌਰ, ਇੱਕ ਦਿੱਲੀ ਇੱਕ ਜਾਮਾ ਮਸਜਿਦ ਲਾਹੌਰ ਹੈ, ਲਾਹੌਰ ਸ਼ੁੱਕਰਵਾਰ ਵਾਸਤੇ ਜੁਮੇ ਦੀ ਨਮਾਜ਼ ਪੜ੍ਹਨ ਵਾਸਤੇ ਆਉਂਦਾ ਹੁੰਦਾ ਸੀ। 2000 ਸਿੰਘਾਂ ਦਾ ਜਥਾ, ਉਹਨਾਂ ਨੇ ਵਿਚਾਰ ਕੀਤੀ ਕਿ ਭਾਈ ਤਾਰੂ ਸਿੰਘ ਦੀ ਮੌਤ ਦਾ ਬਦਲਾ, ਸ਼ਹਾਦਤ ਦਾ ਬਦਲਾ ਇਹ ਜਕਰੀਆ ਖਾਨ ਦੇ ਪੁੱਤਰ ਕੋਲੋਂ ਲੈਣਾ ਹੈ, ਇਹਨੂੰ ਰਾਜ ਨਹੀਂ ਕਰਨ ਦੇਣਾ, ਇਹਨੂੰ ਮਾਰ ਦੇਣਾ। ਲਿਬਾਸ ਬਦਲ ਕੇ ਅਮਰਸੇ ਰੰਗੜ ਨੂੰ ਮਾਰਨ ਵਾਸਤੇ ਆਏ ਨੇ ਸੁੱਖਾ ਸਿੰਘ ਮਹਤਾਬ ਸਿੰਘ, ਢਿੱਲੀਆਂ ਜੀਆਂ ਦਸਤਾਰਾਂ ਚੋਲਿਆਂ ਦੇ ਥੱਲਿਓਂ ਦੀ ਸ੍ਰੀ ਸਾਹਿਬਾਂ। ਚੰਗਾ ਕੰਮ ਕਰਨ ਵੇਲੇ ਭੇਸ ਬਦਲ ਲੈਣਾ ਬਹੁਤ ਧਰਮ ਪੁਰਖ
ਸਿਆਣਿਆਂ ਦੀ ਕਾਢ ਹੈ, ਧਾਰਮਿਕ ਕੰਮ ਹੈ, ਇਹ ਗੱਲ ਯਾਦ ਰੱਖੋ। ਪਰ ਮੰਦਾ ਕੰਮ ਕਰਨ ਲੱਗਿਆ ਭੇਸ ਬਦਲਣਾ ਬੜਾ ਵੱਡਾ ਪਾਪ ਜੀ। ਮੰਦਾ ਕੰਮ ਕਰਨ ਲੱਗਿਆ ਜੇ ਕਿਸੇ ਦੀਆਂ ਗੋਹਾ ਗੁਰਾ ਭੰਨ ਕੇ ਪਾਥੀਆਂ ਕੱਢਣੀਆਂ, ਉਹ ਵੀ ਮੰਦਾ ਕੰਮ ਕਰਨ ਲਈ ਭੇਸ ਬਦਲਣਾ, ਇਹ ਬੜਾ ਵੱਡਾ ਗੁਨਾਹ ਜੀ। ਚੰਗਾ ਕੰਮ ਕਰਨ ਵਾਸਤੇ ਭੇਸ ਬਦਲ ਲੈਣਾ ਗੁਨਾਹ ਨਹੀਂ, ਬਹੁਤ ਵੱਡਾ ਪੁੰਨ ਹੈ। ਸੁਖਾ ਸਿੰਘ ਮਹਤਾਬ ਸਿੰਘ ਨੇ ਮੱਸੇ ਰਗੜ ਨੂੰ ਮਾਰਿਆ, ਇਹ ਦੋ ਉਦਾਹਰ ਸਿੰਘ ਸਨ। ਇਹਨਾਂ ਵਿੱਚ ਹੀ ਨਵਾਬ ਕਪੂਰ ਸਿੰਘ ਔਰ ਸਿੰਘਪੁਰਾ ਪਿੰਡ ਹੈ ਖਿਵੜ ਦੇ ਕੋਲ, ਉਸ ਪਿੰਡ ਦਾ ਰਹਿਣ ਵਾਲਾ ਚੌਧਰੀ ਦਲੀਪ ਸਿੰਘ ਜਿਹੜਾ ਬਾਹਰ ਦੇ ਇਲਾਕੇ ਚ ਕਾਮੋ ਕੀ ਨਗਰ ਜਾ ਕੇ ਬਾਗ ਹੋਇਆ, ਮੰਨ ਲਓ ਕਿ ਪੱਤੀ ਵਿੱਚ ਇਸ ਸਰਦਾਰ ਦਾ ਜਨਮ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚੋਂ, ਸਤਿਗੁਰਾਂ ਦੇ ਦਸਤੇ ਮੁਬਾਰਕ ਦੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ, ਇਹ ਬਾਅਦ ਵਿੱਚ ਪੰਥ ਦਾ ਜਥੇਦਾਰ ਬਣਿਆ ਨਵਾਬ ਕਪੂਰ ਸਿੰਘ। ਇਹਦੀ ਕਮਾਨ ਥੱਲੇ ਸੀ ਨਾਲ ਸੁੱਖਾ ਸਿੰਘ ਕੰਬੋ ਕੀ ਮਾੜੀ ਵਾਲਾ, ਦੋ ਉਦਾਹਰ ਸਿੰਘ ਹੈ। ਸਿੰਘਾਂ ਨੇ ਫੈਸਲਾ ਕੀਤਾ ਕਿ ਯਾਹੀਆ ਖਾਨ ਨੂੰ ਮਾਰਨਾ ਹੈ, ਭੇਸ ਬਦਲ ਕੇ ਲਾਹੌਰ ਸ਼ਹਿਰ ਅੰਦਰ ਆ ਗਏ। ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਰੰਗਰੇਟਾ, ਕਲਗੀ ਵਾਲੇ ਪਾਤਸ਼ਾਹ ਦੇ ਪਹਿਲੇ ਪੁੱਤਰ, ਜਿਨ੍ਹਾਂ ਨੂੰ ਗੋਦ ਲਿਆ ਨਾਤੀ ਪੁੱਤਰ, ਉਹਨਾਂ ਦੇ ਨਾਂ ਤੋਂ ਕੋਟ ਖਾਲਸਾ ਤੋਂ 100 ਰੁਪਇਆ ਗੁਰੂ ਕੇ ਪਿਆਰੇ ਵੱਲੋਂ ਆਇਆ। ਧੰਨਵਾਦ ਕਰਦੇ ਸਤਿਗੁਰੂ ਚੜ੍ਹਦੀ ਕਲਾ ਕਰਨ ਹਰ ਮਦਾਨ ਫਤਿਹ ਗੱਲ ਕਰ ਰਿਹਾ ਸੀ। ਯਾਹੀਆ ਖਾਨ ਨੂੰ ਦੱਸ ਦਿੱਤਾ ਕਿ ਬੇਪਛਾਣ ਦੇ ਬੰਦੇ ਲਾਹੌਰ ਸ਼ਹਿਰ ਦੇ ਵਿੱਚ ਫਿਰਦੇ ਆ, ਨਮਾਜ਼ ਪੜ੍ਹਨ ਵਾਸਤੇ ਮਿਲ ਜਾਏ। ਇਹ ਨਹੀਂ ਗਿਆ, ਸਿੰਘਾਂ ਨੇ ਸੋਚਿਆ ਉਹ ਤੇ ਆਇਆ ਨਹੀਂ ਜਿਹਨੂੰ ਮਾਰਨਾ ਸੀ, ਤੇ ਕਿਵੇਂ ਪਤਾ ਲੱਗੇਗਾ ਲਾਹੌਰ ਵਾਸੀਆਂ ਨੂੰ ਕਿ ਖਾਲਸਾ ਆ ਗਿਆ। ਉਹਨਾਂ ਟੱਪੀ ਬਾਜ਼ਾਰ ਵਾਲੇ ਪਾਸਿਓਂ, ਇੱਕ ਪਾਸੇ ਡੱਬੀ ਬਾਜ਼ਾਰ, ਉਸੇ ਬਾਜ਼ਾਰ ਵਿੱਚ ਗੁਰੂ ਰਾਮਦਾਸ ਮਹਾਰਾਜ ਦਾ ਜਨਮ ਸਥਾਨ ਹੈ। ਅੱਜ ਦੇ ਯੁੱਗ ਵਿੱਚ ਅਵਤਾਰ ਹੋਇਆ ਗੁਰੂ ਰਾਮਦਾਸ ਚੌਥੇ ਪਾਤਸ਼ਾਹ ਜੀ ਦਾ, ਉਸੇ ਹੀ ਪਾਵਨ ਸਥਾਨ ਤੇ। ਇਹ ਬਾਜ਼ਾਰ ਬੜਾ ਅਮੀਰਾਂ ਦਾ ਸੀ, ਡੱਬੀ ਬਾਜ਼ਾਰ ਇਸਨੂੰ ਕਿਹਾ ਜਾਂਦਾ, ਸੋਨੇ ਚਾਂਦੀ ਹੀਰਿਆਂ ਦਾ ਵਪਾਰ ਹੁੰਦਾ ਸੀ। ਇਸ ਬਾਜ਼ਾਰ ਵਿੱਚੋਂ ਤਰਦਾ ਤਾਮਰ ਕਰਦਾ ਮਾਮਲਾ ਖਾਲਸੇ ਉਗਰਾਹ ਕੇ ਰਾਵੀ ਪਾਰ ਕਰ ਗਏ। ਪਤਾ ਉਦੋਂ ਲੱਗਾ ਜਦੋਂ ਖਾਲਸੇ ਲਾਹੌਰੋਂ ਬਾਹਰ ਨਿਕਲ ਗਏ। ਦੋ ਉਦਾਹਰ ਸਿੰਘ ਸਨ, ਹੁਕਮ ਦੀ ਪਾਲਣਾ ਕਰਦਿਆਂ ਰਾਵੀ ਪਾਰ ਕਰ ਗਏ। ਗਸ਼ਤੀ ਫੌਜ ਮਗਰ ਲੱਗੀ ਪਰ ਸਿੰਘ ਮਾਰ ਤੋਂ ਦੂਰ ਨਿਕਲ ਗਏ, ਫੌਜ ਖਾਲੀ ਹੱਥ ਵਾਪਸ ਆ ਗਈ। ਜਾਂਦੇ ਜਾਂਦੇ ਸਿੰਘ ਏਮਨਾਬਾਦ ਚਲੇ ਗਏ। ਏਮਨਾਬਾਦ ਗੁਰੂ ਨਾਨਕ ਦੇਵ ਮਹਾਰਾਜ ਦਾ ਪਾਵਨ ਸਥਾਨ ਹੈ। ਜਦੋਂ ਬਾਬਰ ਬਾਦਸ਼ਾਹ ਚੜ੍ਹ ਕੇ ਆਇਆ ਸੀ, ਬਾਬਾ ਨਾਨਕ ਜੀ ਨੇ ਰੋੜਾਂ ਦੀ ਵਿਛਾਈ ਕੀਤੀ। ਇਸੇ ਜਗ੍ਹਾ ਰੋੜਾਂ ਦੀ ਵਿਛਾਈ ਤੇ ਹੀ ਗੁਰਦੁਆਰਾ ਬਣਾਇਆ ਗਿਆ। ਬਾਅਦ ਵਿੱਚ ਛੋਟੀ ਜਿਹੀ ਇਮਾਰਤ ਸੀ, ਜਿਸ ਤਰ੍ਹਾਂ ਆ ਜਿੱਥੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਤੁਸੀਂ ਅਖੰਡ ਜਾਪ ਕੀਤਾ ਹੈ, ਇੱਡੀ ਕੁ ਇਮਾਰਤ ਦੀ ਛੋਟੀ ਗੁਰਦੁਆਰੇ ਦਾ ਨਾਂ ਸੀ ਰੋੜੀ ਸਾਹਿਬ। ਅੱਜ ਜਾਂਦੇ ਜਿਹੜੇ ਯਾਤਰੀ ਉਹ ਵੇਖਦੇ ਨੇ ਬੜਾ ਅਜੀ ਸ਼ਾਨਦਾਰ ਇਮਾਰਤ ਹੈ, ਬਹੁਤ ਤਗੜਾ ਗੁਰਦੁਆਰਾ ਸਾਹਿਬ ਅੱਜ ਦੇ ਯੁੱਗ ਵਿੱਚ ਲਾਹੌਰ ਏਮਨਾਬਾਦ ਵਿੱਚ ਮੌਜੂਦ ਹੈ। ਪਰ ਉਸ ਵੇਲੇ ਛੋਟੀ ਜਿਹੀ ਇਮਾਰਤ ਸੀ ਖਾਲਸਾ ਪੰਥ ਦੇ ਵਕਤ ਵਿੱਚ। ਸਿੰਘ ਇੱਥੇ ਚਲੇ ਗਏ, ਸ਼ਾਮਾਂ ਦਾ ਵੇਲਾ ਸੀ, ਮੈਂ ਇਤਿਹਾਸ ਕਹਿ ਰਿਹਾ, ਸ਼ਾਮਾਂ ਦਾ ਵੇਲਾ ਸੀ, ਬਾਹਰੋਂ ਬੱਕਰੀਆਂ ਚਾਰ ਕੇ ਇੱਕ ਆਜੜੀ ਬੱਕਰੀਆਂ ਦਾ ਇੱਜੜ ਲੈ ਕੇ ਉਹ ਪਿੰਡ ਨੂੰ ਆ ਰਿਹਾ ਸੀ। ਸਿੰਘ ਰੋੜੀ ਸਾਹਿਬ ਵਾਲੀ ਜਗ੍ਹਾ ਸ਼ਾਮਾਂ ਦੇ ਲੰਗਰ ਦੀ ਤਿਆਰੀ ਕਰ ਰਹੇ ਸਨ। ਅੱਗੇ ਵਧੇ, ਸਿੰਘਾਂ ਨੇ ਆਖਿਆ ਆਜੜੀ ਨੂੰ, ਆਹ ਪੈਸੇ ਲੈ ਲਿਆ, ਦੋ ਚਾਰ ਚਤੰਗੇ ਸਾਨੂੰ ਦੇ ਦੇ ਬੱਕਰੇ ਦੇ। ਆਜੜੀ ਖਾਲਸੇ ਤੋਂ ਡਰ ਗਿਆ, ਉਹਨੇ ਡੰਡੇ ਮਾਰੇ, ਪਿੰਡ ਨੂੰ ਭਜਾ ਲਈਆਂ ਬੱਕਰੀਆਂ। ਸਿੰਘ ਅੱਗੇ ਵਧੇ, ਉਹ ਤੈਨੂੰ ਮਾਮਲਾ ਦਿੰਦੇ ਆ, ਪੈਸੇ ਦਿੰਦੇ ਆ, ਤੂੰ ਪੈਸੇ ਲੈ ਲਾ, ਆ ਸਾਨੂੰ ਚਟੰਗੇ ਦੇ।
ਦਲੀਆਂ ਬੱਕਰੀਆਂ ਚਾਰਨ ਵਾਲਾ ਜਦੋਂ ਭਜਾ ਕੇ ਬੱਕਰੀਆਂ ਲੈ ਕੇ ਜਾ ਰਿਹਾ ਸੀ, ਸਿੰਘ ਅੱਗੇ ਵਧੇ, ਉਹਨਾਂ ਭੱਜ ਕੇ ਉਹਦੀ ਇੱਜੜ ਚੋਂ ਬੱਕਰੇ ਚੁੱਕ ਲਏ, ਲੈ ਆਉਂਦੇ ਅੱਜ ਵੀ ਨੇ ਬੱਕਰੀਆਂ ਤੇ ਆਪਣੇ ਘਰ ਦੇ ਬੱਕਰੀਆਂ ਵਾਲੇ ਵਾੜੇ ਚ ਵਾੜੀਆਂ। ਆਪ ਸਿੱਧਾ ਚੌਧਰੀ ਦੇ ਕੋਲ ਚਲਾ ਗਿਆ। ਪਿੰਡ ਦਾ ਚੌਧਰੀ ਸੀ, ਇਹਦਾ ਨਾਂ ਜਸਪਤ ਰਾਏ, ਇਹ ਹਿੰਦੂ ਹੈ, ਇਹਦਾ ਪਿਛਲਾ ਪਿੰਡ ਕਲਾਰਾਉਰ ਹੈ, ਉੱਥੋਂ ਦਾ ਰਹਿਣ ਵਾਲਾ ਸੀ। ਸ਼ਾਮਾਂ ਦਾ ਵੇਲਾ ਸੀ, ਇਲਾਕੇ ਦਾ ਮਸ਼ਹੂਰ ਧਾਰਮਿਕ ਚੱਠਾ ਪਿੰਡ ਦਾ ਰਹਿਣ ਵਾਲਾ, ਚੱਠਿਆਂ ਦਾ ਸ਼ੇਰਾ ਚੱਠਾ ਇਹਦੇ ਕੋਲ ਬੈਠਾ ਹੈ। ਚੌਧਰੀ ਨੂੰ ਜਾ ਕੇ ਅਜਣੀ ਨੇ ਦੱਸਿਆ, ਚੌਧਰੀ ਜੀ, ਸਿੰਘਾਂ ਦਾ ਇੱਕ ਬਹੁਤ ਵੱਡਾ ਦਲ ਆ ਪਿੰਡੋਂ ਬਾਹਰ ਬਾਹਰ ਰੋੜੀ ਸਾਹਿਬ ਵਾਲੀ ਜਗ੍ਹਾ ਆਣ ਕੇ ਬੈਠਾ ਹੈ, ਮੇਰੀਆਂ ਬੱਕਰੀਆਂ ਦੇ ਇੱਜੜ ਵਿੱਚੋਂ ਉਹਨਾਂ ਬੱਕਰੇ ਚੁੱਕ ਲੈ ਨੇ, ਵੱਢ ਕੇ ਬੱਕਰੇ ਉਹਨਾਂ ਦਾ ਮਾਸ ਖਾ ਕੇ ਉਹ ਪਿੰਡ ਨੂੰ ਲੁੱਟਣ ਗਏ। ਜੇ ਪਿੰਡ ਕੋਲੋਂ ਪਿੰਡ ਦੀ ਲੁੱਟ ਖਾਲਸੇ ਕੋਲੋਂ ਬਚਾਈ ਜਾ ਸਕਦੀ ਹੈ, ਪਿੰਡ ਦਾ ਨੁਕਸਾਨ ਹੋਣਾ ਬਚਾ ਸਕਦੇ ਹੋ, ਤਾਂ ਹਿੰਮਤ ਕਰ ਲਓ। ਸ਼ੇਰੇ ਚੱਠੇ ਨੇ ਛਾਤੀ ਤੇ ਹੱਥ ਮਾਰ ਕੇ ਆਖਿਆ, ਚੌਧਰੀ ਉਹ ਸਾਡੇ ਹੋ ਗਿਆ, ਸਿੰਘ ਸਾਡੇ ਪਿੰਡ ਨੂੰ ਲੁੱਟ ਕੇ ਲੈ ਜਾਣ, ਉਹ ਸਾਡਾ ਜੀ ਕੀ ਜਿਉਣਾ ਹੋਇਆ, ਆਓ ਚੱਲੀਏ, ਸਿੰਘਾਂ ਦੇ ਸਿਰ ਵੱਢੀਏ, ਨੇਜਿਆਂ ਤੇ ਟੰਗੀਏ, ਤੇ ਲਾਹੌਰ ਯਾਹੀਆ ਖਾਂ ਦੇ ਦਰਬਾਰ ਵਿੱਚ ਲਿਜਾ ਕੇ 80 ਰੁਪਈਏ ਇੱਕ ਸਿੰਘ ਦੇ ਸਿਰ ਦਾ ਮੁੱਲ ਵੱਟਿਆ ਜਾ ਸਕਦਾ। ਇੱਥੇ ਤਾਂ 2000 ਸਿੰਘਾਂ ਦਾ ਜਥਾ ਆਇਆ, ਬਹੁਤ ਵੱਡੀ ਸਰਕਾਰ ਦੇ ਖਜ਼ਾਨੇ ਰਕਮ ਮਿਲੇਗੀ ਜਦੋਂ ਸਿੰਘਾਂ ਦੇ ਸਿਰ ਟੰਗ ਕੇ ਲੈ ਕੇ ਜਾਵਾਂ। ਚੌਧਰੀ ਉੱਠਿਆ, ਅਸਤਬਲ ਵਿੱਚੋਂ ਹਾਥੀ ਕੱਢਿਆ, ਮਾਰੀ ਪਾਈ ਉਹਦੇ ਤੇ, ਕੁਝ ਬੰਦੇ ਨਾਲ ਲੈ, ਸ਼ੇਰਾ ਚੱਠਾ ਪਿੰਡ ਦੀ ਬਾਹਰ ਨਾਲ ਲੈ ਲਈ, ਹਾਥੀ ਉੱਤੇ ਚੜਿਆ ਚੌਧਰੀ, ਜਿੱਥੇ ਖਾਲਸਾ ਬੈਠਾ ਸੀ ਘੇਰਾ ਪਾ ਲਿਆ ਜਾ ਕੇ। ਸਰਦਾਰ ਸੁੱਖਾ ਸਿੰਘ ਕੰਬੋ ਕੀ ਮਾੜੀ ਵਾਲਾ, ਸਰਦਾਰ ਨਵਾਬ ਕਪੂਰ ਸਿੰਘ ਵਿਰਕ ਸਰਦਾਰ, ਇਹਨਾਂ ਦੋਵਾਂ ਨੇ ਅੱਗੇ ਵੱਧ ਕੇ ਹੱਥ ਜੋੜੇ, ਚੌਧਰੀ ਜੀ ਅਸੀਂ ਤੇਰੇ ਪਿੰਡ ਦਾ ਨੁਕਸਾਨ ਨਹੀਂ ਕਰਾਂਗੇ, ਵਾਅਦਾ ਕਰਦੇ ਹਾਂ, ਆਉਣ ਵਾਲੇ ਦਿਨ ਵਿਸਾਖੀ ਹੈ, ਖਾਲਸਾ ਪੰਥ ਦਾ ਸਾਜਨਾ ਦਿਵਸ ਮਨਾ ਕੇ, ਵਿਸਾਖੀ ਮਨਾ ਕੇ ਅਸੀਂ ਅੱਗੇ ਚਲੇ ਜਾਵਾਂਗੇ। ਇਸ ਗੱਲੋਂ ਬੇਫਿਕਰ ਹੋ ਜਾ, ਤੂੰ ਹਿੰਦੂ ਹੈ, ਅਸੀਂ ਸਿੰਘ ਹੈ, ਅਸੀਂ ਤੇਰੇ ਇਲਾਕੇ ਦਾ ਵੀ ਨੁਕਸਾਨ ਨਹੀਂ ਕਰਾਂਗੇ, ਇਹ ਪਿੰਡ ਦੀ ਤੇ ਗੱਲ ਨਹੀਂ ਛੱਡ, ਕਿਉਂਕਿ ਇਸ ਪਿੰਡ ਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਮੁਬਾਰਕ ਚਰਨ ਪਾਏ, ਇਮਲਾਬਾਦ ਪਿੰਡ ਨੂੰ ਬਾਬਾ ਨਾਨਕ ਜੀ ਨੇ ਤਾਰਿਆ, ਅਸੀਂ ਇਸ ਗੱਲ ਦਾ ਸਤਿਕਾਰ ਕਰਦੇ ਹਾਂ। ਚੌਧਰੀ ਬੇਖੌਫ ਹੋ ਜਾ, ਪਰ ਚੌਧਰੀ ਸਰਕਾਰੀ ਅਹੁਦੇਦਾਰੀ ਵਿੱਚ ਆਕੜਿਆ ਹੋਇਆ, ਉਹਨੂੰ ਸਰਕਾਰ ਦੀ ਚੌਧਰ ਮਿਲੀ ਹੋਈ ਸੀ, ਇਸ ਗੱਲ ਤੇ ਉਹ ਖਾਲਸੇ ਦੇ, ਉਹਨੇ ਇੱਕ ਵੀ ਖਾਲਸੇ ਦੀ ਮਿਹਨਤ ਨਾ ਮੰਨੀ, ਖਾਲਸੇ ਅੱਗੇ ਉਹਨੇ ਮਿੰਨਤਾਂ ਤਰਲੇ ਕਰਦੇ ਸਿੰਘਾਂ ਦੇ, ਇਸ ਮਿੰਨਤਾਂ ਤਰਲਿਆਂ ਨੂੰ ਪਹਿਲਾਂ ਥੱਲੇ ਰੋਲਿਆ ਤੇ ਖਾਲਸੇ ਤੇ ਹਮਲਾ ਕਰਨ ਦੀ ਤਿਆਰੀ ਕਰਦੇ, ਹਮਲਾ ਹੋ ਗਿਆ। ਜਦੋਂ ਹਮਲਾ ਹੋਇਆ ਨਾ, ਸਿੰਘਾਂ ਨੇ ਫਿਰ ਕਿਹੜੀਆਂ ਚੂੜੀਆਂ ਪਹਿਨੀਆਂ ਹੋਈਆਂ ਸੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਹੁਕਮ ਹੈ, ਝੂਕਾ ਲਾ ਜਮਾਹੀਰ ਤੇ ਦਰ ਗੁਜਰ ਹਲਾਲ ਅਸਤ ਪੁਰਦਨ ਬਾਦ ਸ਼ਮਸ਼ੀਰ ਦਸਤ। ਜਦੋਂ ਕੰਮ ਸਾਰੇ ਹੀਲਿਆਂ ਤੋਂ ਲੰਘ ਜਾਏ, ਮਰਦ ਦਾ ਫਰਜ਼ ਬਣਦਾ ਹੈ, ਉਦੋਂ ਸ਼ਸਤਰ ਪਾ ਕੇ ਪਕੜ ਕੇ ਮੈਦਾਨ ਵਿੱਚ ਆ ਜਾਏ। ਸਿੰਘਾਂ ਨੇ ਚੌਧਰੀ ਦੇ ਅੱਗੇ ਮਿੰਨਤਾਂ ਕੀਤੀਆਂ, ਤਰਲੇ ਕੀਤੇ, ਪਰ ਜਦੋਂ ਸਿੰਘਾਂ ਦੀਆਂ ਮਿੰਨਤਾਂ ਦਾ ਚੌਧਰੀ ਦੇ ਦਿਲ ਉੱਤੇ ਕੋਈ ਅਸਰ ਨਾ ਹੋਇਆ, ਸਿੰਘਾਂ ਨੇ ਵੀ ਉਸੇ ਵੇਲੇ ਸਰਰ ਕਰਦੀਆਂ ਸ੍ਰੀ ਸਾਹਿਬਾਂ ਧੂ ਕੇ ਮੈਦਾਨੇ ਜੰਗ ਵਿੱਚ ਆਏ। ਉਸ ਵੇਲੇ ਦਾ ਨਕਸ਼ਾ ਹੈ, ਵਲਟੋਏ ਦਾ ਢਾਡੀ ਜਥਾ ਹੈ,
ਫਤਿਹ ਸਾਹਿਬ ਦੇ ਨਗਰ ਦੇ ਪਤਵੰਤੇ ਵੀਰ ਗੁਰੂ ਸਾਹਿਬ ਦੇ ਚਰਨਾਂ 'ਚ ਬੈਠੇ ਹੈ, ਉਹਨਾਂ ਵੱਲੋਂ ਨਾਂ ਨਹੀਂ ਦੱਸ ਕੇ ਗਏ, 100 ਰੁਪਈਆ ਢਾਡੀ ਇੱਥੇ ਨੂੰ ਕੀਰਤਨ ਦੇ ਸਨਮਾਨ ਵਿੱਚ ਆਇਆ। ਸਾਹਿਬ ਨੂੰ ਚੜ੍ਹਦੀ ਕਲਾ ਕਰਨ, ਹਰ ਨਾਨ ਫਤਿਹ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਇਸ ਤੋਂ ਪਹਿਲਾਂ ਵੀ ਜਿਹੜਾ ਵੀਰ ਸੇਵਾਦਾਰ ਖਲੋਤਾ ਹੈ ਸਰਦਾਰ ਬੁੱਢਾ ਸਿੰਘ ਨੇ, ਉਹਨਾਂ ਨੂੰ ਜਾ ਕੇ ਦੱਸਿਆ ਸੀ ਤੇ ਬੇਨਤੀ ਹੈ ਆ ਜਿਹੜੇ ਵੀਰ ਉਹਨਾਂ ਨੂੰ ਪੈਰ ਲਮਕਾ ਕੇ ਬੈਠੇ ਹਨ, ਉਹਨਾਂ ਨੂੰ ਜਾਂ ਤਾਂ ਥੱਲੇ ਬਹਿ ਜਾਓ, ਥੜੇ ਉੱਤੇ ਜਾਂ ਚੌਕਲੀ ਮਾਰ ਕੇ ਬਹਿ ਜਾਓ। ਹਾਂ, ਆ ਸੇਵਾਦਾਰ ਵੀਰ ਨੂੰ ਬੇਨਤੀ ਹੈ ਅੱਗੇ ਤੋਂ ਇਸ ਤਰੀਕੇ ਨਾਲ ਖਾਸ ਤੌਰ ਤੇ ਵਿਚਾਰ ਰੱਖਣੀ, ਉੱਪਰ ਹੀ ਚੌਕੜੀ ਮਾਰ ਕੇ ਬਹਿ ਜਾਓ। ਜਿਹੜੇ ਬਜ਼ੁਰਗ ਵੀਰ ਨੇ ਉਹ ਤੇ ਇਸ ਗੱਲ ਤੋਂ ਮਜਬੂਰ ਨੇ, ਪਰ ਜਿਹੜੇ ਬਜ਼ੁਰਗਾਂ ਦਾ ਸਾਥ ਦੇ ਕੇ ਉਹਨਾਂ ਵੱਲ ਵੇਖ ਕੇ ਬਹਿ ਜਾਂਦੇ ਆ, ਉਹਨਾਂ ਨੂੰ ਬੇਨਤੀ ਹੈ ਥੜੇ ਦੇ ਉੱਪਰ ਚੌਕੜੀ ਮਾਰ ਕੇ ਬਹਿ ਜਾਓ। ਲੱਤਾਂ ਲਮਕਾ ਕੇ ਬੈਠਣਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਰਿਆਦਾ ਦੇ ਉਲਟ ਹੈ, ਇਹ ਗੱਲ ਯਾਦ ਰੱਖੋ। ਇੱਕ ਵਾਰ ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਵਾਹਿਗੁਰੂ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਫਰਮਾਨ ਹੈ, ਜੈ ਤਨ ਬਾਣੀ ਅਦਬ ਨਾ ਧਾਰਾ। ਇਹ ਗੱਲ ਯਾਦ ਰੱਖੋ, ਜਿਸ ਬੰਦੇ ਦੇ ਦਿਲ ਅੰਦਰ ਗੁਰੂ ਕੀ ਬਾਣੀ ਦਾ ਅਦਬ ਸਤਿਕਾਰ ਨਹੀਂ, ਜੈ ਤਨ ਬਾਣੀ ਅਦਬ ਨਾ ਧਾਰਾ, ਸੋ ਜਾਣੋ ਸਿੱਖ ਨਹੀਂ ਹਮਾਰਾ। ਇਹ ਗੱਲ ਯਾਦ ਹੈ, ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਇਸ ਅਦਬ ਸਤਿਕਾਰ ਕਰਨਾ ਉਹ ਸਾਡਾ ਪਹਿਲਾ ਫਰਜ਼ ਬਣਦਾ ਹੈ। ਇੱਕ ਵਾਰ ਸਾਰੀ ਸੰਗਤ ਗੱਜ ਕੇ ਆਖੋ ਸਤਨਾਮ। ਬਹੁਤ ਸਾਰੇ ਵੀਰਾਂ ਵੱਲੋਂ ਹੋਰ ਸਨਮਾਨ ਆਇਆ, ਛੋਟੇ ਛੋਟੇ ਬੱਚੇ ਭਚੰਗੀ ਸਿੰਘਾਂ ਵੱਲੋਂ ਬੇਅੰਤ ਸਨਮਾਨ ਆਇਆ ਬੱਚਿਆਂ ਵੱਲੋਂ। ਸਾਨੂੰ ਚੜ੍ਹਦੀ ਕਲਾ ਕਰਨ, ਹਰ ਮੈਦਾਨ ਫਤਿਹ, ਬਹੁਤ ਬਹੁਤ ਧੰਨਵਾਦ ਕਰਦੇ। ਗੱਲ ਕਰ ਰਿਹਾ ਸੀ ਸਿੰਘ ਥੋੜੇ ਸੀ, ਜਸਪਾ ਦੇ ਨਾਲ ਪਿੰਡ ਦੀ ਵਾਹ ਜਾਂਦੀ ਸੀ। ਸਰਦਾਰ ਸੁੱਖਾ ਸਿੰਘ ਨੇ ਨਵਾਬ ਕਪੂਰ ਸਿੰਘ ਦੇ ਕੋਲ ਆਣ ਕੇ ਆਖਿਆ ਖਾਲਸਾ ਜੀ, ਜੱਸੂ ਪਿੰਡ ਦੇ ਲੋਕਾਂ ਨੂੰ ਵੰਗਾਰ ਕੇ ਲਿਆ, ਇਹ ਉਹ ਲੋਕ ਨੇ ਅੱਜ ਤਾਂ ਜੱਸੂ ਦਾ ਹੁਕਮ ਮੰਨ ਕੇ ਆਏ, ਜਸਪਾ ਦਾ ਹੁਕਮ ਮੰਨ ਕੇ ਆਏ ਹੈ, ਕੱਲ ਨੂੰ ਜਦੋਂ ਖਾਲਸੇ ਨੇ ਰਾਜ ਕੀਤਾ ਇਹ ਸਾਡਾ ਹੁਕਮ ਮੰਨਣਗੇ। ਇਹ ਪਿੰਡ ਦੇ ਲੋਕ ਬੇਗੁਨਾਹ ਨੇ, ਇਹਨਾਂ ਨੂੰ ਅੱਗੇ ਕੀਤਾ ਗਿਆ ਖਾਲਸੇ ਕੋਲੋਂ ਮਰਵਾਉਣ ਵਾਸਤੇ, ਇਹਨਾਂ ਨੂੰ ਨਾ ਮਾਰ ਗਏ, ਜੱਸੂ ਦੀ ਤਾਕਤ ਨੂੰ ਵੰਡ ਦੇਗੇ। ਨਵਾਬ ਕਪੂਰ ਸਿੰਘ ਨੇ ਪੁੱਛਿਆ ਉਹ ਕਿਵੇਂ, ਕਹਿੰਦੇ ਖਾਲਸਾ ਹਰਨ ਹੋ ਚੱਲੇ, ਬਣੀਆਂ ਪਲਾਓ ਦੀਆਂ ਦੇਗਾਂ ਬਣਿਆ ਹੋਇਆ ਪ੍ਰਸ਼ਾਦ, ਲੰਗਰ ਪ੍ਰਸ਼ਾਦਾ ਤਿਆਰ ਕਰ ਰਹੇ ਸਨ, ਛੱਡ ਦਿੱਤਾ। ਸੁੱਖਾ ਸਿੰਘ ਨੂੰ ਨਵਾਬ ਕਪੂਰ ਸਿੰਘ ਨੇ ਆਖਿਆ ਖਾਲਸੇ ਨੂੰ ਕਹਿ ਦਿਓ ਹਰਨ ਹੋ ਜਾਣ, ਹਰਨ ਹੋ ਜਾਣਾ ਖਾਲਸਾ ਨਿਹੰਗ ਸਿੰਘ ਦਾ ਬੋਲਣਾ। ਇੱਕੋ ਗੱਲ ਆਖੀ ਸੁੱਖਾ ਸਿੰਘ ਨੇ, ਖਾਲਸਾ ਜੀ ਹਰਨੋ ਚੱਲੋ, ਤੇ ਸਾਰਾ ਪੰਥ ਜਿੰਨੇ ਸਿੰਘ ਸਨ ਸਾਰੇ ਮੈਦਾਨ ਵਿੱਚੋਂ ਨਿਕਲ ਤੁਰੇ, ਭੱਜ ਤੁਰੇ। ਇਹ ਵੀ ਉਸ ਵੇਲੇ ਦੇ ਖਾਲਸਾ ਪੰਥ ਦੀ ਲੜਾਈ ਦਾ ਇੱਕ ਦਾਅ ਸੀ, ਭੱਜ ਤੁਰੇ ਤੇ ਭੱਜੇ ਇੰਨੀ ਕੁ ਤੇਜ਼ ਰਫਤਾਰ ਕਿ ਜਸਪਾ ਦੀ ਫੌਜ ਤੇ ਜਸਪਾ ਆਪ ਹਾਥੀ ਉੱਤੇ ਚੜਿਆ ਹੋਇਆ ਉਹ ਸਿੰਘਾਂ ਦੇ ਮਗਰ ਲੱਗ ਤੁਰਿਆ। ਉਹਨੂੰ ਤਾਂ ਇਹ ਚਾਅ ਸੀ ਕਿ ਮੈਂ ਇੱਕ ਇੱਕ ਸਿੰਘ ਦਾ ਸਿਰ ਵੱਢਾਂਗਾ ਤੇ ਲਾਹੌਰ ਦਰਬਾਰ ਵਿੱਚੋਂ 80 ਰੁਪਈਏ ਜਾ ਕੇ ਲਵਾਂਗਾ, ਤੇ ਉਦੋਂ ਰੁਪਈਏ ਜਿਹੜੇ ਉਹ ਮੋਹਰਾਂ ਹੁੰਦੀਆਂ ਸੀ ਸੋਨੇ ਦੀਆਂ ਮੋਹਰਾਂ, ਤੇ ਇੱਕ ਤੋਲੇ ਦੀ ਇੱਕ ਮੋਹਰ ਬਣਦੀ ਸੀ ਸੋਨਾ, ਇੱਕ ਤੋਲਾ ਰੁਪਈਆ ਜਿਹੜਾ ਪ੍ਰਸਿੱਧ ਚੱਲਦਾ ਸੀ ਸੋਨੇ ਦੀ, ਤੇ 80 ਰੁਪਈਏ। ਤੇ ਕੋਈ ਵੀਰ ਸੁਨਿਆਰਾ ਵਪਾਰੀ ਬੈਠਾ ਹੋਵੇਗਾ ਇੱਥੇ
ਉਹਨੂੰ ਚੰਗੀ ਤਰ੍ਹਾਂ ਪਤਾ ਆਮ ਅਕਸਰ ਅਸੀਂ ਵੀ ਗਹਿਣੇ ਬਣਾਉਂਦੇ ਹਾਂ 80 ਤੋਲੇ ਇੱਕ ਸੇਬ ਸੋਨਾ ਬਣਦਾ ਜੀ ਇਹ ਗੱਲ ਯਾਦ ਰੱਖੋ 1 ਕਿਲੋ 80 ਤੋਲੇ ਦਾ ਤੇ 80 ਤੋਲੇ ਸੋਨਾ ਉਦੋਂ ਖਾਲਸੇ ਦੇ ਇੱਕ ਸਿਰ ਦਾ ਮੁੱਲ ਸੀ ਤੇ ਹੁਣ ਅੱਜ ਦੇ ਯੁੱਗ ਵਿੱਚ ਉਹੀ 80 ਤੋਲੇ ਸੋਨੇ ਦੇ ਇੱਕ ਸੇਬ ਦੀ ਜਾਂ 1 ਕਿਲੋ ਦੀ ਅੰਦਾਜ਼ਾ ਲਾ ਲਓ ਕਿੰਨੀ ਕੀਮਤ ਹੈ ਸੋਨੇ ਦੀ ਅੱਜ ਦੇ ਯੁੱਗ ਵਿੱਚ 1 ਕਿਲੋ ਸੋਨਾ ਜਿਹਦੇ ਕੋਲ ਹੋਵੇ ਕਿੰਨੇ ਕਰੋੜ ਦਾ ਹੋਵੇਗਾ ਇਹੋ ਸਮਝ ਲਓ ਕਿ ਅੱਜ ਦੇ ਯੁੱਗ ਵਿੱਚ ਜੇ